ਮਿੰਟ ਜੀ ਹੁਣੇ ਕਿਹੜਾ ਵਿਧਾਇਕ ਫਸ ਗਿਆ ਪਰਾਲੀ ਦੇ ਚੱਕਰ ਚ ਪਰਾਲੀ ਦੇ ਧੂਏ ਤੋਂ ਓਕੇ ਅੱਛਾ ਹਾਥੀ ਜੋੜਦੇ ਹਾਂਜੀ ਹਾਂਜੀ ਇਹ ਲੰਗੇ ਜਾਂਦੇ ਸੀਗੇ ਉਹ ਵਾਹ ਉੱਥੇ ਤਾਂ ਜਥੇਬੰਦੀਆਂ ਬੜੀਆਂ ਕੱਟਦੇ ਹਾਂਜੀ ਕਿਸਾਨ ਜਥੇਬੰਦੀਆਂ ਉਹ ਬਿਲਕੁਲ ਉੱਥੇ ਕਿਸੇ ਨੇ ਦਿਨ ਦੀ ਵੀ ਲਾ ਰੱਖੀ ਸੀਗੀ ਤੇ ਉਹ ਧੂਮਾ ਬਹੁਤ ਜ਼ਿਆਦਾ ਸੀਗਾ ਟਲਵਾ ਸ਼ਾਇਦ ਉਹ ਤੇ ਤਾਂ ਜਦੋਂ ਦੋਹਾਂ ਪਾਸਿਆਂ ਤੇ ਜਿਹੜੀ ਨਿਕਲਾਂ ਦੀ ਮਤਲਬ ਕਿ ਪਰਮਾਰ ਹੋ ਗਈ ਤਾਂ ਵਿੱਚ ਇਹ ਵੀ ਆ ਗਿਆ ਲੋਕਾਂ ਨੇ ਫਿਰ ਇਹਨਾਂ ਨੂੰ ਘੇਰ ਲਿਆ ਕੀ ਦੇਖੋ ਕੀ ਤਮਾਸ਼ਾ ਚੱਲ ਰਿਹਾ ਭਈ ਅਸੀਂ ਕਿੱਧਰ ਚਾਈਏ ਇਹ ਸਰਕਾਰ ਤਾਂ ਤੁਹਾਡੀ ਹੈ ਲਾਂਗਾ ਟਾਪਾ ਵੀ ਬੰਦ ਹੋ ਗਿਆ ਤੇ ਵਿਧਾਇਕ ਸਾਹਿਬ ਕਹਿੰਦੇ ਕਹਿੰਦੇ ਕਿ ਦੇਖੋ ਮੈਂ ਤਾਂ ਆਪ ਤੁਹਾਡੇ ਵਰਗਾ ਹੀ ਹਾਂ ਪਰ ਗੱਲ ਇਹ ਆ ਕਿ ਜੇ ਅਸੀਂ ਕਾਰਵਾਈ ਕਰਤੀ ਤੇ ਇਹਨਾਂ ਨੇ ਸਾਡੇ ਦਰਾਂ 'ਚ ਆ ਕੇ ਬਹਿ ਜਾਣਾ ਧਰਨਾ ਲਾ ਕੇ ਅੱਛਾ ਫਿਰ ਮਤਲਬ ਕਿ ਇੱਕ ਤਰ੍ਹਾਂ ਨਾਲ ਉਹਨਾਂ ਨੇ ਆਪਣੀ ਬੇਵਸੀ ਜ਼ਾਹਰ ਕਰ ਦਿੱਤੀ ਕਿ ਜੇ ਅਸੀਂ ਕਾਰਵਾਈ ਕਰਨੇ ਆ ਜੋ ਹੁਣ ਤੁਸੀਂ ਕਹਿ ਰਹੇ ਹੋ ਕਿ ਭਾਈ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਜੇ ਕਰਦੇ ਜੇ ਅਸੀਂ ਕਾਰਵਾਈ ਕਰ ਦਿੱਤੀ ਤੇ ਫਿਰ ਇਹਨਾਂ ਨੇ ਧਰਨਾ ਲਾ ਕੇ ਸਾਡੇ ਉੱਤੇ ਮੋਹਰੇ ਅੱਗੇ ਬਹਿ ਜਾਣਾ ਅਸੀਂ ਕੀ ਕਰੀਏ ਜੀ ਤੇ ਭਾਈ ਇਹ ਜਿੱਦਾਂ ਦੀ ਹੁਣ ਗੱਲ ਆ ਉਹੀ ਸਚਾਈ ਆ ਕਿ ਇਹ ਕਿਤੇ ਨਾ ਕਿਤੇ ਸਰਕਾਰ ਡਰਦੀ ਆ ਡਾਇਰੈਕਟਲੀ ਕਿਸਾਨਾਂ ਤੇ ਐਕਸ਼ਨ ਨਹੀਂ ਕੀਤਾ ਜਾ ਸਕਦਾ ਵੈਸੇ ਐਤਕਿ 2400 ਦੇ ਕਰੀਬ ਇਹਨਾਂ ਨੇ ਰੈੱਡ ਐਂਟਰੀ ਮਾਰੀ ਆ ਜੀ ਪਰ ਗੱਲ ਇਹ ਆ ਕਿ ਸਿੱਧੇ ਤੌਰ ਤੇ ਗਦੇ ਵੀ ਕਿਸਾਨਾਂ ਨਾਲ ਟਕਰਾਅ ਚ ਪੈਣਾ ਹੀ ਨਹੀਂ ਚਾਹੁੰਦੇ ਪੈਣਗੇ ਵੀ ਨਹੀਂ ਕਿਉਂਕਿ ਦਾ ਵੋਟਾਂ ਵੀ ਲੈਣੀਆਂ ਪਰ ਗੱਲ ਜਿਹੜੀ ਹੈ ਨਾ ਕਿ ਹੁਣ ਇਹਦਾ ਹੱਲ ਫਿਰ ਉੱਥੇ ਆ ਕੇ ਗੱਲ ਮੁੱਕ ਜਾਂਦੀ ਹੈ ਕਿ ਬਾਈ ਝੋਨੇ ਦਾ ਰਕਬਾ ਸਗੋਂ ਵਧਿਆ ਡਾਈਵਰਸੀਫਿਕੇਸ਼ਨਸ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਵਿਭਿੰਨਤਾ ਲੈਣੀ ਹੈ ਵਿਭਿੰਨਤਾ ਲੈਣੀ ਹੈ ਐਤਕੀ ਰਕਬਾ ਸਗੋਂ ਵਧ ਗਿਆ ਤਾਂ ਸਾਨੂੰ ਤਾਂ ਇਹਦਾ ਹੱਲ ਜਿਹੜਾ ਇਹੀ ਨਜ਼ਰ ਆਉਂਦਾ ਹੈ ਕਿ ਤੁਸੀਂ ਆਪਣਾ ਰਕਬਾ ਘੱਟ ਕਰੋ ਤੇ ਜਿਹੜੀ ਪਰਾਲੀ ਆ ਉਹ ਨੂੰ ਕਿਸੇ ਹੋਰ ਪਾਸੇ ਵਰਤਣ ਵਾਲਾ ਇਹ ਫਾਰਮੂਲਾ ਜਿਹੜਾ ਉਹ ਕੱਢੋ ਮਤਲਬ ਕਿ ਚਾਹੇ ਉਹਦੇ ਨਾਲ ਬਿਜਲੀ ਬਣਾ ਲਓ ਚਾਹੇ ਉਹਦੇ ਨਾਲ ਕੋਈ ਹੋਰ ਪ੍ਰੋਡਕਟ ਬਣਾ ਲਓ ਕੁਛ ਨਾ ਕੁਛ ਹੱਲ ਹੋਣਾ ਚਾਹੀਦਾ ਇਦਾਂ ਦਾ ਕੁਛ ਵੀ ਨਹੀਂ ਆ ਮਦਾਕ ਸਾਹਿਬ ਇਹ ਕਹ ਦੇਣਗੇ ਕਿਸਾਨ ਆਪਦੀ ਗੱਲ ਕਰਦੇ ਕਿਸਾਨ ਆਪਦੀ ਗੱਲ ਕਰਦੇ ਆ ਕਿ ਸਾਡੀ ਮਜਬੂਰੀ ਆ ਤਾਂ ਦੂਸਰੇ ਪਾਸੇ ਸਮਾਜ ਸੇਵੀ ਹੈ ਜਿਹੜੇ ਉਹ ਆਪਣੀ ਗੱਲ ਕਰਦੇ ਆ ਕਿ ਭਾਈ ਅਸੀਂ ਕਿੱਧਰ ਚਾਹੀਏ ਜোন ਦਾ ਅਧਿਕਾਰ ਹੈ ਸਾਰਿਆਂ ਨੂੰ ਤਾਂ ਉਹ ਗੱਲ ਬਸ ਇਹੀ ਹੈ ਕਿ ਉਹ ਮਹੀਨਾ ਦੋ ਮਹੀਨੇ ਬਹਿਸ ਚੱਲਦੀ ਹੈ ਬੜੀ ਜ਼ਬਰਦਸਤ ਉਸ ਤੋਂ ਬਾਅਦ ਸਾਰਾ ਖੁਸ਼ੀ ਜਿਹੜਾ ਖਤਮ ਹੋ ਜਾਂਦਾ ਇਹਦਾ ਹੱਲ ਤਾਂ ਜਿਹੜਾ ਉਹ ਇੱਕ ਕਹ ਲਓ ਕਿ ਨਿੱਗਰ ਨੀਤੀ ਦੇ ਨਾਲ ਹੀ ਨਿਕਲ ਸਕਦਾ ਮਾਨਸਾ ਉਹ ਤੁਹਾਨੂੰ ਉਧਰ ਜਾਣਾ ਹੀ ਪੈਣਾ ਹੈ ਜੀ ਜੀ ਬਿਲਕੁਲ ਅੱਜ ਚੱਲ ਜਾਓ ਕੱਲ ਚੱਲ ਜਾਓ ਇਹ ਤਾਂ ਜਾਣਾ ਪੈਗਾ ਸਾਰਿਆਂ ਨੂੰ ਇਕੱਠਿਆਂ ਲੈ ਕੇ ਨਾਲ ਚੱਲੋਂਗੇ ਤਾਂ ਠੀਕ ਰਾਵਾਂਗੇ ਬਿਲਕੁਲ ਬਿਲਕੁਲ ਜੀ ਕਿਉਂਕਿ ਤਰਕ ਸਾਰੇ ਜਿਹੜਾ ਉਹ ਬੜੇ ਹਾਂ ਜੀ ਉਹ ਇੱਕ ਦੂਜੇ ਤੇ ਸੁੱਟ-ਸੁੱਟ ਦਿੰਦੇ ਨੇ ਉਹ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਜੀ 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 ਬਿਲਕੁਲ ਬਿਲਕੁਲ ਜੀ ਤੇ ਇਧਰੋਂ ਮੈਂ ਦੇਖਦਾ ਇਸ ਬਾਬਤ ਕੋ ਕਮੈਂਟ ਹੋਇਆ ਤਾਂ ਨਹੀਂ ਫਿਰ ਆਪਾਂ ਅਗਲੇ ਵਿਸ਼ੇ ਤੇ ਚੱਲਦਾ ਮੈਂ ਇੱਕ ਦੋ ਕਮੈਂਟ ਆਏ ਪਏ ਜੀ ਯਾਰੰਦੇ ਯਾਰ ਪੁੱਛ ਰਿਹਾ ਮਿੰਟੂ ਜੀ ਕਿ ਵਨ ਨੇਸ਼ਨ ਵਨ ਪੁਲਿਸ ਯੂਨੀਫਾਰਮ ਨਾਲ ਹੌਲੀ ਹੌਲੀ ਜੀ ਸੈਂਟਰ ਸਰਕਾਰ ਵਨ ਕੰਟਰੀ ਵਨ ਪੁਲਿਸ ਦਾ ਨਰੇਟਿਵ ਸਿਰਜ ਰਹੀ ਹੈ ਜੀ ਕਿਨ ਕਿ ਸੈਂਟਰ ਸਰਕਾਰ ਨੇ ਲ ਮੋਦੀ ਸਾਹਿਬ ਨੇ ਐਲਾਨ ਕੀਤਾ ਸੀ ਨਾ ਪਿੱਛੇ ਜੇ ਐਲਾਨ ਨਹੀਂ ਕੀਤਾ ਮਾਫ ਕਰਨਾ ਜੀ ਐਲਾਨ ਨਹੀਂ ਸੀਗਾ ਜਿੱਦਾਂ ਇਹ ਕਹ ਰਿਹਾ ਉਹਨਾਂ ਨੇ ਸੁਝਾ ਦਿੱਤਾ ਸੀਗਾ ਪਰ ਹੁੰਦਾ ਕੀ ਹੈ ਕਿ ਕਈ ਵਾਰ ਗੱਲ ਚਲਾਉਣ ਵਾਸਤੇ ਦੇਖਿਆ ਜਾਂਦਾ ਹੁੰਦਾ ਹੈ ਨਾ ਵੀ ਟੈਸਟ ਪੈਨ ਲੈ ਕੇ ਚੈੱਕ ਹਾਂ ਹਾਂ ਜੀ ਹਾਂ ਜੀ ਤੇ ਆਹ ਗੱਲ ਮਤਲਬ ਕਿ ਸਾਡੇ ਵੀ ਜ਼ਹਿਨ ਦੇ ਵਿੱਚ ਹੈਗੀ ਆ ਕਿਤੇ ਨਾ ਕਿਤੇ ਨਾ ਇਸ ਚੀਜ਼ ਦਾ ਟੜਕੂ ਹੈਗਾ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਕਤੀਆਂ ਦਾ ਪੂਰਨ ਤੌਰ ਤੇ ਕੇਂਦਰੀਕਰਨ ਦਾ ਯਤਨ ਹੋਏਗਾ ਵੈਸੇ ਤਾਂ ਆਲਮੋਸਟ ਹੋਈ ਗਈਆਂ ਨੇ ਤੇ ਜਿਹੜਾ ਬਚਿਆ ਖੁੱਛਿਆ ਉਹ ਵੀ ਸ਼ਾਇਦ ਜਿਹਨੂੰ ਆਪਾਂ ਫੈਡਰਲਿਜ਼ਮ ਕਹਿੰਦੇ ਆ ਕਿ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਖਤਰੇ 'ਚ ਪਵੇਗਾ ਲੱਗਦਾ ਤੇ ਉਹ ਜੀ 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 ਬਿਲਕੁਲ ਬਿਲਕੁਲ ਚਲੋ ਦੇਖਦੇ ਆਂ ਜੀ ਇਧਰੋਂ ਪਰਮਜੀਤ ਕੌਰ ਜੀ ਕਹਿ ਰያ ਜੀ ਕਿ ਗੁਜਰਾਤ ਹਿਮਾਚਲ 'ਚ ਯੂਨੀਫਾਰਮ ਸਿਵਲ ਕੋਡ ਲੈ ਕੇ ਆ ਰਹੇ ਨੇ ਜੀ ਕਨੇਕੇ ਹਾਂ ਜੀ ਉਹ ਅੱਗੇ ਵੀ ਹੈਗਾ ਮੇਰੇ ਖਿਲਦੇ ਨਾਲ ਇੱਕ ਸਟੇਟ 'ਚ ਇਹਨਾਂ ਨੇ ਉੱਤਰਾਖੰਡ 'ਚ ਵੀ ਲਿਆਂਦਾ ਸੀਗਾ ਤਾਂ ਇਹ ਇਹਨਾਂ ਦੇ ਕੋਲ ਹੁਣ ਜਿਹੜਾ ਹੁਕਮਦਾਈ ਅਕਾ ਸੀ ਉਹ ਇਹਨਾਂ ਨੇ ਚੱਲ ਦਿੱਤਾ ਕਿ ਭਈ ਇੱਕ ਸਾਰ ਸਿਵਲ ਕੋਡ ਹੈ ਜਿਹੜਾ ਉਹ ਅਸੀਂ ਲੈ ਕੇ ਆਵਾਂਗੇ ਤਾਂ ਉਹ ਸਿੱਧਾ ਇੱਕ ਤਰ੍ਹਾਂ ਨਾਲ ਕਹ ਲਓ ਕਿ ਚੋਣਵੀ ਰਣਨੀਤਿਕ ਪੈਤੜੇ ਬਾਜੀ ਦਾ ਹੀ ਹਿੱਸਾ ਹੈ ਜੀ 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 ਬਿਲਕੁਲ ਬਿਲਕੁਲ ਜੀਦਰੋ ਜਰਨੈਲ ਸਿੰਘ ਬੋਲ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੰਗਾ ਕਰਤਾ ਜੀ ਸੇਖੋਂ ਸਾਬਨੇ ਕੋਰਟ ਦੇ ਵਿੱਚ ਜੀ ਮਿਲਦਾ ਉਹ ਸਟੇਟਮੈਂਟ ਔਨ ਰਿਕਾਰਡ ਵਾਲੀ ਅਪਲਾਈ ਕੀਤੀ ਹੋਈ ਉਹ ਕਹ ਰਹੇ ਸੀਗੇ ਇੱਕ ਵੀਡੀਓ ਸੁਣ ਰਿਹਾ ਸੀ ਹਾਂ ਜੀ ਉਹ ਕੱਢ ਦੇਣਗੇ ਉਹ ਕਹਿੰਦੇ ਕਿ ਜਦੋਂ ਆ ਗਈ ਤਾਂ ਮੈਂ ਨਾਲ ਦੀ ਨੇ ਰੱਖ ਦੇਣੀ ਜਾਂਦਾ ਬਿਲਕੁਲ ਬਿਲਕੁਲ ਤੇ ਵੈਸੇ ਉਹ ਕਾਫੀ ਅਖਬਾਰਾਂ ਨੇ ਅਗਲੇ ਦਿਨ ਨਾ ਕਵਰ ਕੀਤਾ ਹੋਇਆ ਤੇ ਉਹਦੇ ਵਿੱਚ ਇਹੀ ਆਇਆ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਅਣਜਾਣਤਾ ਹੀ ਆਪਦੀ ਪ੍ਰਗਟਾਉਂਦੇ ਰਹੇ ਆ ਕਿਸੇ ਵੀ ਗੱਲ ਤੇ ਉਹਨਾਂ ਨੇ ਕੋਈ ਲੜਨੀ ਫੜਾਇਆ ਜੀ 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 ਬਿਲਕੁਲ ਬਿਲਕੁਲ ਜੀ ਤੇ ਇਧਰ ਆਪਣਾ ਖਾਸ ਖਬਰ ਖਾਸ ਮਿੰਟੂ ਜੀ ਖਸਖਸ ਦਾ ਰਕਬਾ ਆਪਣਾ ਖਸਖਸ ਦੀ ਖੇਤੀ ਸ਼ਾਇਦ ਪੁੱਛੋ ਗਰੇ ਗਲਵੰਦ ਸਿੰਘ ਜੀ ਕਹਿ ਰਹੇ ਆਂ ਜੀ ਤਾਂ ਗੁਜਰਾਤ ਹੀ ਮਚਲੇ ਤਾਂ ਲੈ ਲੈ ਜੀ ਕਮੈਂਟ ਮੈਂ ਕੋ ਹੋਰ ਦੇਖਦਾ ਗਾਂਧੀ ਪਰਿਵਾਰ ਜੀ ਕਹਿੰਦੇ ਕਿ ਇੰਟਰਸਟ ਨਹੀਂ ਲੈ ਰਿਹਾ ਗੁਜਰਾਤ ਇਲੈਕਸ਼ਨ ਦਾ ਛੋਟਾ ਉਹ ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਇੱਕ ਇਹਨਾਂ ਦੀ ਰਣਨੀਤਿਕ ਪੈਂਤੜੇ ਬਾਜ਼ੀ ਆ ਉਹ ਇੱਕ ਜਿਵੇਂ ਕਹਿ ਲਵੋ ਕਿ ਕੋਈ ਵੀ ਪਾਰਟੀ ਜਿਹੜੀ ਆ ਉਹ ਕੂਟਨੀਤੀ ਤੇ ਫਿਰ ਵਰਤਦੀ ਆ ਨਾ ਆਪਦੇ ਹਿਸਾਬ ਕਿਤਾਬ ਨਾਲ ਜੀ ਰਾਹੁਲ ਗਾਂਧੀ ਕੰਮ ਕਰ ਰਹੇ ਨੇ ਕਿ ਅਸੀਂ ਪੂਰੇ ਮੁਲਕ ਦੇ ਵਿੱਚ ਕਿਵੇਂ ਤਾਂ ਆਈਏ ਭਾਰਤ ਜੁੜੋ ਯਾਤਰਾ ਕਾਫੀ ਹੰਗਾਰਾ ਵੀ ਮਿਲ ਰਿਹਾ ਤੇ ਜਿਹੜੀ ਉਥੋਂ ਦੀ ਲੀਡਰਸ਼ਿਪ ਹੈ ਉਹਨੂੰ ਹੀ ਕਿਹਾ ਗਿਆ ਕਿ ਤੁਸੀਂ ਆਪਣੇ ਹਿਸਾਬ ਨਾਲ ਇਲੈਕਸ਼ਨ ਲੜੋ ਇਹ ਰਾਜਸਥਾਨ ਚ ਇਹਨਾਂ ਨੇ ਕਾਮਯਾਬੀ ਨਾਲ ਇਲੈਕਸ਼ਨ ਲੜਿਆ ਹੋਇਆ ਹੈ ਪੰਜਾਬ ਵੀ ਇਹਦਾ ਇੱਕ ਮਿਸਾਲ ਹੈਗਾ ਹੀ ਆ ਜੇ ਆਪਾਂ ਦੇਖੀਏ 2017 ਦੇ ਵਿੱਚ ਤਾਂ ਰਾਹੁਲ ਗਾਂਧੀ ਦਾ ਇੱਥੇ ਕੋਈ ਇੰਨਾ ਜ਼ਿਆਦਾ ਪ੍ਰਚਾਰ ਨਹੀਂ ਸੀਗਾ ਉਦੋਂ ਕੈਪਟਨ ਅਮਿੰਦਰ ਸਿੰਘ ਹਾਂਜੀ ਹਾਂਜੀ ਵਧੀਆ ਇੱਕ ਲੰਬੀ ਹੋਈ ਸੀ ਰੈਲੀ ਤੇ ਦੋ ਦੋ ਤਿੰਨ ਕੋਈ ਹੋਰ ਹੋਈਆਂ ਹੋਣੀਆਂ ਜੇ ਜਿੱਦਾਂ ਮਾਝਾ ਮਾਲਵਾ ਦਵਾਬਾ ਉਦਾਂ ਹੀ ਗੁਜਰਾਤ ਦੇ ਵਿੱਚ ਥੋੜੀਆਂ ਜਿਹੀਆਂ ਰਿਲੀਜ਼ ਨੂੰ ਕਰਨਗੇ ਜੀ ਚਲੋ ਹੁਣ ਵਾਲੇ ਟਾਈਮ 'ਚ ਦੇਖਦੇ ਆਂ ਜੀ ਵੈਸੇ ਵੀ ਮਿੰਟੂ ਜੀ ਗੱਲ ਤੁਹਾਡੀ درست ਆ ਕਿ ਕਈ ਵਾਰੀ ਇਸ ਤਰ੍ਹਾਂ ਦੇ ਨਾਲ ਯਤਨ ਕੀਤਾ ਜਾਂਦਾ ਕਿ ਬੇ ਇਹਨਾਂ ਨੂੰ ਜਿੰਨਾ ਲਾਈਮਲਾਈਟ ਚੋਂ ਘੱਟ ਰੱਖੀ ਜਾਂ ਜਿੰਨਾ ਕੋ ਮੀਡੀਆ ਚੋਂ ਘੱਟ ਰੱਖੀਏ ਤਾਂ ਉਹਨਾਂ 'ਕੀ ਸਾਡਾ ਫਾਇਦਾ ਹੋਏਗਾ ਜੀ ਤੇ ਇਧਰੋਂ ਦੇਖਦਾ ਮੈਂ ਜੀ ਅ ਮਿੰਟੂ ਜੀ ਆ ਨਵਜੋ ਸਿੰਘ ਸਿੱਧੂ ਤਾਂ ਗਜਨੀ ਬਣ ਗਿਆ ਜੀ ਕੋਰਟ ਦੇ ਵਿੱਚ ਆਸ਼ੂ ਦੇ ਮਾਮਲੇ 'ਚ ਅੰਮ੍ਰਿਤਪਾਲ ਜੀ ਪੁੱਛ ਰਿਹਾ ਕਹਿ ਰਿਹਾ ਜੀ ਉਹ ਤਾਂ ਬਿਲਕੁਲ ਆਪਾਂ ਪਹਿਲੀ ਉੱਤੇ ਤੁਸੀਂ ਉਸ ਦਿਨ ਵੀ ਆਪਾਂ ਟਿੱਪਣੀ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਕੋਈ ਗੱਲ ਨਹੀਂ ਹੈ ਯਾਦ ਆਸਤਾ ਆ ਜਾਂਦੀ ਹੁੰਦੀ ਹੈ ਜਦੋਂ ਕਾਗਜ਼-ਕੂਜ ਨਿਕਲ ਆਉਂਦੇ ਆ ਜੀ ਜਦੋਂ ਸਾਰੀਆਂ ਚੀਜ਼ਾਂ ਫਿਰ ਰਿਕਾਰਡ ਤੇ ਆ ਜਾਂਨ ਤਾਂ ਕਿੱਥੇ ਭਜਣਾ ਜੀ 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 ਇੱਕ ਸੱਜਣ ਉੱਪਰ ਕਹਿ ਰਹੇ ਸੀ ਮਿੰਟੂ ਜੀ ਕਹਿੰਦੇ ਕਿ ਗਰਮ ਪਾਣੀ ਪੀਆ ਕਰੋ ਗਲਾ ਠੀਕ ਰਹਿੰਦਾ ਤੇ ਮੈਂ ਰਗੜਿਆ ਗਿਆ ਦੋ ਦਿਨਾਂ ਦੇ ਵਿੱਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜੀ ਕੁਸ਼ਟਲ ਨੂੰ ਕਹ ਰਿਹਾ ਜੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮਲਠੀ ਚੱਬ ਲਿਆ ਕਰੋ ਜੀ ਅੱਜ ਕੱਲ ਮੌਸਮ ਬਦਲ ਕਰਕੇ ਗਲੇ ਦੇ ਵਿੱਚ ਖਰਾਸ਼ ਦੀ ਸਭ ਨੂੰ ਦਿੱਕਤ ਆ ਜੀ ਵਿੱਚੋ ਜੇ ਵਿੱਚੋ ਜੇ ਠੀਕ ਹੋ ਗਿਆ ਸੀਗਾ ਆਪ ਸਾਹਿਬ ਪਹਿਲਾਂ ਇਹ ਪ੍ਰੋਬਲਮ ਰਹੀ 8-10 ਦਿਨ ਜੀ ਤਾਂ ਸਾਰਾ ਠੀਕ ਹੋ ਗਿਆ ਤਾਂ ਹੁਣ ਜਿਆਦਾ ਘੱਮ ਖਰਾਬ ਹੋਇਆ ਥੋੜਾ ਜਿਹਾ ਇੱਕ ਦੋ ਦਿਨ ਚਲੋ ਕੋਈ ਗੱਲ ਨਹੀਂ ਹੋ ਜਾਏਗਾ ਸੱਟ ਜੀ 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 ਬਿਲਕੁਲ ਬਿਲਕੁਲ ਜੀ ਤੇ ਹਰਿਸ਼ ਦਿਵਾਰੀ ਕਰ ਰਿਹਾ ਨੈਸ਼ਨਲ ਪਾਰਟੀ ਦਾ ਦਰਜਾ ਲੈਣ ਲਈ ਆਪ ਲੜ ਰਹੀ ਹੈ ਜੀ ਗੁਜਰਾਤ ਵਿੱਚ ਨਾ ਕਿ ਜਿੱਤ ਲਈ ਜੀ ਕਹਿੰਦੇ ਕਿ ਇਹ ਆ ਇਹ ਵੀ ਹੈ ਇਹ ਵੀ ਹੈ ਜੀ ਕਟੋਕਟੋ نیشنل ਪਾਰਟੀ ਬਣ ਕੇ ਇਹ ਅਚੀਵਮੈਂਟ ਤਾਂ ਹਾਸਲ ਕਰਨ ਕੇ ਜੀ ਤਾਂ ਉਹਦੇ ਵਿੱਚ ਹੁਣ ਰਿਜ਼ਲਟ ਤੇ ਆਪਾਂ ਕੇਂਦਰਤ ਸੀਗੇ ਕਿ ਰਿਜ਼ਲਟ ਦੇ ਵਿੱਚ ਇਹਨਾਂ ਦੀ ਭੂਮਿਕਾ ਕੀ ਹੋਏਗੀ ਤਾਂ ਮੇਰਾ ਮੰਨਣਾ ਹੈ ਕਿ ਰਿਜ਼ਲਟ ਦੇ ਵਿੱਚ ਵੀ ਭੂਮਿਕਾ ਰਹਿਣ ਵਾਲੀ ਹੈ ਇਹਨਾਂ ਦੀ